ਇਹਦੇ ਵਿੱਚ ਮੁxtਲਿਕ ਕਿਸਮ ਦੇ ਨਗ ਲੱਗੇ ਨੇ ਜਿਨ੍ਹਾਂ ਵਿੱਚੋਂ ਹੀਰੇ ਵੀ ਆਏ ਨੇ। अस्सलाम वालेकुम, मैं हूं आपकी प्यारी सी होस्ट सज्जन मलिक और आज मेरे पास एक ऐसी पर्सनैलिटी मौजूद है जो कि पाकिस्तान की अनोखी और मशहूर और मारूफ पर्सनैलिटीज में से गिने जाते हैं। इनका शुमार ऐसी पर्सनैलिटी में होता है क्योंकि आपको बताते चलो कि शौक का कोई मोल नहीं होता, शौक की कोई एज नहीं होती। ऐसे ही अजीबो गरीब से शौक रखने वाले राना मोहम्मद यार खान आज हमारे साथ मौजूद हैं और इनके शौक भी आपको बताऊँ कि इनकी जो गाड़ी है वीगो जैम जो 30 से 40 लाख की है उसको कितना इन्होंने कीमती बनाया, 2 से 3 करोड़ के स्टोन हीरे जवाहरात उस पे लगवाए हैं। आइए इनसे बात करते हैं। अस्सलाम वालेकुम। वालेकुम अस्सलाम जी, कैसी तबीयत आपकी? अल्लाह का एहसान, यहाँ पे आप आए, आपने हमें टाइम दिया, पहले तो इसके लिए सबसे ज्यादा शुक्रिया। थैंक यू, मेहरबानी। तुसी मैनूं ऐ दसो कि तुसी तुहानूं शौक कित्थों आया कि हीरे जवाहरात इकट्ठे करन दा? ਇਹਦੇ ਵਿੱਚ ਮੁxtਲਿਕ ਕਿਸਮ ਦੇ ਨਗ ਲੱਗੇ ਨੇ ਜਿਨ੍ਹਾਂ ਵਿੱਚੋਂ ਹੀਰੇ ਵੀ ਆਏ ਨੇ। ਬੇਇੰਤਹਾ ਸਟੋਨ ਹੁੰਦੇ ਨੇ, ਕਈ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਕਿਹੜੇ ਸਟੋਨ ਆਏ ਨੇ, ਮਗਰ ਜਿਹੜੇ ਮੇਰੇ ਕੋਲ ਆਏ ਨੇ ਇਹਦੇ ਕਾਫੀ ਕੀਮਤੀ ਆਏ ਨੇ। ਉੱਥੇ ਤਕਰੀਬਨ ਜਿਹੜੀ ਵੈਰਾਈਟੀ ਹੋਣੀ ਚਾਹੀਦੀ ਨੇ ਪੱਥਰਾਂ ਦੇ ਵਿੱਚੋਂ ਸਾਰੀ ਵੈਰਾਈਟੀ ਮੇਰੇ ਕੋਲ ਹੈ ਔਰ ਮੇਰੇ ਇਹ ਡਾਲੇ ਦੇ ਉੱਤੇ ਵੀਗੋ ਦੇ ਉੱਤੇ ਹੀ ਲੱਗੇ ਨੇ ਔਰ ਮਜ਼ੇ ਦੀ ਗੱਲ ਇਹ ਹੈ ਕਿ ਇਹਨੂੰ ਮੈਂ ਖੜਾ ਜਿੱਥੇ ਵੀ ਕਰਦਾ ਹਾਂ ਤੇ ਲੋਕੀ ਨਾਲੇ ਦੇਖਦੇ ਨੇ, ਨਾਲੇ ਫੋਟੋਆਂ ਲਾਂਦੇ ਨੇ ਤੇ ਲਾਂਦੇ ਲਾਂਦੇ ਇਹ ਦੇਖਦੇ ਦੇਖਦੇ ਇੱਕ ਦੋ ਨਗ ਵੀ ਚੁੱਕ ਕੇ ਲੈ ਜਾਂਦੇ ਹੁੰਦੇ ਆ। ਹਾਂ, ਹਾਲਾਂਕਿ ਵਿੱਚ ਕੈਮਰਾ ਲੱਗਿਆ ਉਹ 'ਚ ਮੂਵੀ ਬਣਦੀ ਹੁੰਦੀ ਹੈ ਕਿ ਕਿਹੜਾ ਚੋਰ ਆ, ਕਿਹਨੇ ਲਾਈ ਏ, ਮਗਰ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਉਹਦਾ ਆਪਣਾ ਸ਼ੌਕ ਹੈ ਚੋਰੀ ਕਰਨਾ, ਮੇਰਾ ਕੰਮ ਹੈ ਪੱਥਰ ਲਾਣਾ। ਯਾਨੀ ਤੁਸੀਂ ਇਹ ਗੱਲ ਕਹਿਣਾ ਚਾਹ ਰਹੇ ਕਿ ਪਾਕਿਸਤਾਨ 'ਚ ਚੋਰ ਨਹੀਂ ਹੁੰਦਾ? ਨੋ ਨੋ, ਮਤਲਬ ਉਹ ਦੇਖਦੇ ਨੇ, ਉਹ ਬੇਵਕੂਫੀ ਕਰਦੇ ਨੇ ਨਾ ਕਿ ਉਹ ਕੀਮਤ ਇੰਨੀ ਹੋਏਗੀ। ਹਾਂ, ਉਹਦਾ ਸਕਿਨ ਵੀ ਖਰਾਬ ਕਰਦੇ ਨੇ, ਡਾਲੇ ਦੀ ਪੱਥਰ ਵੀ ਲੈ ਜਾਣਾ, ਹਾਲਾਂਕਿ ਉਹਨਾਂ ਨੂੰ ਪਛਾਣ ਨਹੀਂ ਹੈਗੀ ਕਿ ਮੈਂ ਕਿਹੜਾ ਪੱਥਰ ਇਹ ਲਾ ਰਿਹਾ ਹਾਂ। ਮੇਰੇ ਕੋਲ ਮੰਗ ਲੈਣ ਤਾਂ ਮੈਂ ਫੌਰਨ ਦੇ ਦਾਂਗਾ, ਕਦੀ ਇਨਕਾਰ ਨਹੀਂ ਕਰਾਂਗਾ। ਜੇ ਨਾ ਮੈਨੂੰ ਸ਼ੌਕ ਹੈ, ਕਿਸੇ ਨੂੰ ਵੀ ਹੋ ਸਕਦਾ। ਕੈਮਰੇ ਘਰਾਂ 'ਚ ਲਵਾਉਂਦੇ ਹਾਂ, ਬਾਹਰ ਲਵਾਉਂਦੇ ਹਾਂ, ਆਫਿਸ 'ਚ ਲਵਾਉਂਦੇ ਹਾਂ, ਆਪਣੀ ਕੰਪਨੀ 'ਚ ਲਵਾਉਂਦੇ ਹਾਂ, ਗੱਡੀ 'ਚ ਲਵਾਉਣ ਦਾ ਤੁਹਾਨੂੰ ਕਿੱਥੋਂ ਆਈਡੀਆ ਆਇਆ? ਨਹੀਂ ਨਹੀਂ, ਗੱਡੀ 'ਚੋਂ ਇਸ ਕਰਕੇ ਮੈਂ ਲਵਾਇਆ ਹੈ ਕਿ ਯਾਰ ਮੈਨੂੰ ਪਤਾ ਲੱਗ ਜਾਏ ਕਿਹਨੇ ਪੱਥਰ ਲਾਏ ਨੇ, ਮੈਂ ਉਹਨੂੰ ਦੇਖਣਾ, ਉਹਦੇ ਵਾਸਤੇ ਦੁਆਏ ਖੈਰ ਕਰਦਾ। ਅੱਛਾ, ਪਤਾ ਲੱਗ ਜਾਂਦਾ ਕਿ ਪੱਥਰ ਉਤਾਰ ਰਿਹਾ ਹੈ, ਪੂਰੀ ਮੂਵੀ ਬਣਦੀ ਹੈ। ਮਤਲਬ ਕੋਈ ਤੁਸੀਂ ਸ਼ਿਕਾਇਤ ਨਹੀਂ ਕਰਦੇ? ਕੋਈ ਮੈਂ ਕਿਸੇ ਨੂੰ ਨਹੀਂ ਕਹਿੰਦਾ, ਦੁਆਏ ਖੈਰ ਕਰ ਦਿੰਦੇ ਹਾਂ। ਮੈਂ ਦੁਆਏ ਖੈਰ ਉਹ ਲਈ ਕਹਦਾ ਕਿ ਯਾ ਅੱਲਾ ਪਾਕ ਇਹਨੂੰ ਅਕਲ ਦੇ ਦੇ। ਇਹ 10-12 ਸਾਲ ਦੀ ਉਮਰ ਤੋਂ ਮੇਰਾ ਸ਼ੌਕ ਹੈਗਾ ਹੈ। ਹਾਂ, 10-12 ਸਾਲ ਦੀ ਉਮਰ ਤੋਂ, ਹੁਣ ਮੇਰੇ ਖਾ 64-65 ਸਾਲ ਉਮਰ ਹੋ ਗਈ ਹੈ। ਉਦੋਂ ਦਾ ਮੈਂ ਸਾਲ ਲੱਗਦਾ ਨਹੀਂ ਤੁਹਾਨੂੰ ਵੇਖ ਕੇ ਕਿ 65 ਸਾਲ ਇੰਨੇ ਮਾਸ਼ਾਅੱਲਾ ਫਿੱਟ ਹੋ ਤੁਸੀਂ। ਨਹੀਂ ਨਹੀਂ, 65 ਸਾਲ ਮੇਰੀ ਉਮਰ ਤੇ ਉਹਦੇ ਵਿੱਚ ਇੱਕ ਬਚਪਨ ਤੋਂ ਇਹ ਸਾਰੀ ਚੀਜ਼ਾਂ ਇਕੱਠੀਆਂ ਕੀਤੀਆਂ ਹੋਈਆਂ ਆ, ਕਿਉਂਕਿ ਮੈਂ ਚੀਜ਼ ਨੂੰ ਜ਼ਾਇਆ ਨਹੀਂ ਕਰਦਾ। ਮੇਰੇ ਕੋਲ ਪੁਰਾਣੀਆਂ ਮੋਟਰਸਾਈਕਲਾਂ ਵੀ ਮੇਰੀਆਂ ਪਈਆਂ ਆ, ਮਤਲਬ 6-6.5 ਮੋਟਰਸਾਈਕਲਾਂ, ਕਿਉਂਕਿ 6 ਪੂਰੀਆਂ ਇੱਕ ਛੋਟੀ ਜਿਹੀ ਮੋਟਰਸਾਈਕਲ ਮੇਰੇ ਬਚਪਨ ਦੀ। 6.5 ਹੋ ਗਈ ਨਾ? ਨਾ, 6.5 ਹੋ ਗਈ, 6.5 ਕਿੰਨੇ ਹੋ ਗਏ? ਨਹੀਂ ਨਹੀਂ, ਇੱਕ ਛੋਟੀ ਹੈ। ਮੇਰੀਆਂ ਘੜੀਆਂ, ਮੇਰੇ ਕੱਪੜੇ, ਮੇਰੇ ਖੁੱਸੇ, ਮੇਰੀਆਂ ਜੁੱਤੀਆਂ, ਮੇਰੇ ਡਾਂਗਾ, ਮੇਰੇ ਸੋਟੇ, ਮੇਰੀਆਂ ਗੰਨਾ, ਮੇਰੇ ਪਿਸਤੌਲ, ਮੇਰੀਆਂ ਤਲਵਾਰਾਂ, ਮਤਲਬ ਮੇਰੇ ਕੋਲ ਸਾਰੀਆਂ ਚੀਜ਼ਾਂ ਮਹਿਫੂਜ਼ ਪਈਆਂ। ਮਤਲਬ ਤੁਹਾਨੂੰ ਇਹ ਤੇ ਸ਼ੌਕ ਤੁਹਾਡੇ ਘਰ ਵਾਲੇ ਨਹੀਂ ਕਹਿੰਦੇ ਸੀ ਕਿ ਤੈਨੂੰ ਕਿਹੋ ਜਿਹਾ ਸ਼ੌਕ ਤੂੰ ਪਾਲਿਆ? ਨਹੀਂ ਨਹੀਂ, ਘਰ ਵਾਲੇ ਬਿਲਕੁਲ ਕਹਿੰਦੇ ਨੇ ਕਿ ਤੂੰ ਕੀ ਸਦਾਈਆਂ ਵਾਲਾ ਕੰਮ ਫੜਿਆ ਹੋਇਆ, ਇੰਨੀਆਂ ਚੀਜ਼ਾਂ ਤੂੰ ਇਕੱਠੀਆਂ ਕਿੱਥੋਂ, ਤੈਨੂੰ ਕੌਣ ਦੇ ਦਿੰਦਾ, ਅਸੀਂ ਉਹਨੂੰ ਜਾ ਕੇ ਮਨਾ ਕਰੀਏ, ਤੂੰ ਕੀ ਸਦਾ ਮਾਰਦਾ ਨਾ ਕਿ ਮਗਰ ਮੇਰਾ ਆਪਣਾ ਸ਼ੌਕ, ਮੈਂ ਆਪਣਾ ਸ਼ੌਕ ਪੂਰਾ ਕਰ ਲੈਣਾ, ਘਰ ਦੇ ਪੁੱਛਣ ਜਾਂ ਕੋਈ ਗੱਲ, ਮੈਂ ਆਪਣੀ ਗੱਡੀ ਸਟਾਰਟ ਕਰਕੇ ਸ਼ਹਿਰ ਆ ਜਾਂਦਾ, ਕੋਈ ਪਰਵਾਹ ਨਹੀਂ। ਨਾ, ਸ਼ਹਿਰ ਫਿਰ ਫਰਾ ਕੇ ਰਾਤ ਨੂੰ ਮੈਂ ਘਰ ਜਾਵਾਂਗਾ, ਜਦੋਂ ਸੌਂ ਗਏ ਨੇ ਕਿ ਮੈਨੂੰ ਕੋਈ ਪੁੱਛੇ ਨਾ, ਤੇ ਠੰਡਾ ਹੋ ਜਾਂਦਾ ਹੋਏਗਾ, ਨਾ ਗੁੱਸਾ ਆਟੋਮੈਟਿਕ ਠੰਡਾ ਹੋ ਜਾਣਾ ਹੈ। ਮੈਂ ਬਾਹਰ ਦੇ ਮੁਲਕਾਂ 'ਚ ਜਰਮਨੀ ਤੋਂ ਲਏ ਨੇ, ਸਵਿਟਜ਼ਰਲੈਂਡ ਤੋਂ ਲਏ ਨੇ, ਦੁਬਈ ਤੋਂ ਲਏ ਨੇ, ਮਤਲਬ ਬਾਹਰਲੇ ਮੁਲਕਾਂ ਤੋਂ ਮਿਲ ਜਾਂਦੇ ਨੇ ਆਮ, ਔਰ ਅੱਛੇ ਪੱਥਰ ਮਿਲ ਜਾਂਦੇ ਨੇ, ਉਹਨਾਂ ਨੂੰ ਫਿਰ ਮੈਂ ਆਪ ਕਾਰੀਗਰ ਕੋਲੋਂ ਉਹਦੀ ਸ਼ੇਪ ਬਣਵਾਉਣਾ ਹੈ। ਹਾਂ, ਉਹ ਉਹਨਾਂ ਨੂੰ ਮੈਂ ਦੇਣਾ ਕਿ ਯਾਰ ਇਹਨੂੰ ਸ਼ੇਪ ਬਣਾ ਦੇ। ਅੱਛਾ, ਮੈਨੂੰ ਇਹ ਦੱਸੋ ਕਿ ਕੋਈ ਐਸਾ ਪੱਥਰ ਜਾਂ ਐਸਾ ਹੀਰਾ ਜਾਂ ਐਸਾ ਸਟੋਨ ਜਿਹੜਾ ਦੁਨੀਆ 'ਤੇ ਤੁਸੀਂ ਮਤਲਬ ਬਹੁਤ ਦੇਰ ਬਾਅਦ ਤੁਹਾਡਾ ਇੱਕ ਹੋਏ ਕਿ ਤੁਸੀਂ ਬਸ ਤੁਹਾਡੇ ਕੋਲ ਹੋਏ? ਬਿਲਕੁਲ ਹੈ, ਬਿਲਕੁਲ ਹੈ, ਮੇਰੀ ਗੱਡੀ ਦੇ ਵਿੱਚ ਇੱਕ ਲੱਗਿਆ ਹੋਇਆ ਹੈ, ਮੈਂ ਉਹਦੇ ਵਿੱਚ 2 ਪੱਥਰ ਨੇ, ਪੱਥਰ ਇੱਕ ਉਹਦੇ 'ਚ ਸੰਗੇ ਮਰੀਅਮ ਹੈ ਅਤੇ ਬਲੱਡ ਸਟੋਨ ਹੈ ਅਤੇ ਉੱਤੇ ਸ਼ਬੀਹ ਜਿਹੀ ਬਣੀ ਹੋਈ ਹੈ, ਮੇਰੀ ਗੱਡੀ 'ਚ ਲੱਗਿਆ ਅਤੇ ਬਾਜ਼ੂ ਕਲਮ ਹੋਏ ਨੇ, ਵਾਲ ਖਿਲਰੇ ਨੇ
वह कई ने देखे ने उन्हें कही यार ये फलां बजुर्ग ने फलां अपने अपना तखयल है जिधर मर्जी को लै जाता है बड़े उन्होंने चुमदे ने कई बड़िया फोटो खिंचते हैं वो पत्थर मेरे को ही है मेरे का पूरे पाकिस्तान च किसी को तो मेरे को गड्डी च लगे आए पढ़ाई सिस्टम ही कोई होर हों पिंड मलेशिए के पजामे होंगे सी तो कमीज पा लेनी तो पढ़न चले जाना वो टाट झाड़ने वो टाट जो झाड़ने हाँ किलो ना वो मलेशिए का होंगे सी किलो किलो मिट्टी उत्ते पै जानी वो ही साफ कर लेनी तो मूँह है लिशक जाना जिम्मे वाटर पॉलिश की होंगी है जिमीदारी घोड़िया रखी मझा गाव सारी चीजा रखी हुई राइडिंग करी दी घोड़िया नसाई दी हॉर्स राइडर भी हो कर ले दी घोड़िया रखी किस मकसद लिए रखी रखे अपने शौक लिए राइडिंग भी करते हो मेरा बेटा भी राइडिंग करता है और बेहतरीन मेरे को घोड़िया है और बड़ी कीमती घोड़िया है एक ब्लैक कलर है और एक वाइट कलर है। हाँ रोजी ओदा ना है वो जो मैं जाना है मैं अगर हॉरन दा ते वो बड़ा मतलब बोल दी है इस करके कि मुलाजमान ने पट्ठे नहीं पाए होंगे मैं जाके पट्ठे पा देना बड़ा प्यार पूर कर दे ਮੀਨਦਾਰੀ ਜਿਹੜੇ ਕਰਦੇ ਨੇ ਉਹ ਤੇ ਬੜਾ ਕੰਜੂਸੀ ਨਾਲ ਚੀਜ਼ਾਂ ਇਸਤੇਮਾਲ ਕਰਨਾ ਤੇ ਕਿਸੇ ਨੂੰ ਪੈਸੇ ਵੀ ਨਹੀਂ ਦੇਣਾ ਐਂਦੇ ਉਹਨਾਂ ਦੀ ਹਰਕਤਾਂ ਹੁੰਦੀਆਂ ਪਰ ਤੁਸੀਂ ਇਹਦੇ ਨਾਲ ਸਟੋਨ ਦੇ ਮਤਲਬ ਇਹ ਕੰਮ ਮੈਂ ਤੁਹਾਨੂੰ ਦੱਸਦਾ ਹਾਂ ਦਿਲ ਖੋਲ ਕੇ ਪੈਸਾ ਲਾਉਂਦੇ ਹੋ ਮੈਂ ਸਰੋਦਾ ਦੱਸਦਾ ਹਾਂ ਕਿ ਇੱਕ ਵਕਤ ਸੀ ਸਾਡੇ ਲੋਕਾਂ ਕੋਲ ਪੈਸਾ ਨਹੀਂ ਸੀ ਹੁੰਦਾ ਇਹ ਅੱਲਾ ਨੇ ਕੋਈ ਐਸੀ ਹਵਾ ਚਲਾਈ ਕਿ ਸਾਡੀਆਂ ਜ਼ਮੀਨਾਂ ਸ਼ਹਿਰੀਆਂ ਹੋ ਗਈਆਂ ਉੱਥੇ ਡੀਐਚਏ ਬਣਨਾ ਸ਼ੁਰੂ ਹੋ ਗਏ ਹਾਂ ਜਿਹੜੀ 900 ਰੁਪਏ ਕਿੱਲੇ ਤੇ ਹਿਸਾਬ ਸੀ ਉਹ 6-7 ਕਰੋੜ ਕਿੱਲੇ ਤੇ ਪਹੁੰਚ ਗਈ ਤੇ ਸਾਨੂੰ ਵੀ ਅਕਲ ਸ਼ਾਉਰ ਆ ਗਿਆ ਐ ਹੋਇਆ ਅਕਲ ਸ਼ਾਉਰ ਦਾ ਸਾਰਾ ਮਾਮਲਾ ਹੁੰਦਾ ਅਕਲ ਸ਼ਾਉਰ ਦਾ ਅੱਛਾ ਮੈਂ ਦੱਸਾਂ ਕਿ ਤੁਹਾਡਾ ਕੋਈ ਐਸਾ ਲਾਈਫ ਐਕਸਪੀਰੀਅੰਸ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਮਾਰ ਪਈ ਹੋਵੇ ਕੋਈ ਐਸੀ ਹਰਕਤ ਤੁਸੀਂ ਛੋਟਿਆਂ ਹੁੰਦਿਆਂ ਕਰ ਦਿੱਤੀ ਹੋਵੇ ਨਹੀਂ ਨਹੀਂ ਮਾਰ ਪਈ ਸੀ ਇੱਕ ਦਫਾ ਇਹ ਹਾਰਸ ਐਂਡ ਕੈਟਲ ਸ਼ੋਅ ਇੱਥੇ ਲੱਗਦਾ ਹੁੰਦਾ ਸੀ ਮਾਲ ਦੇ ਉੱਤੇ ਨਾ ਉੱਚਾ ਪੁਲ ਕ੍ਰੋਸ ਕਰੀਏ ਤੇ ਆਰਮੀ ਵਾਲੇ ਲਾਂਦੇ ਹੁੰਦੇ ਸੀ ਉਹ ਸਾਰੇ ਅਸੀਂ ਇਕੱਠੇ ਹੋ ਕੇ ਨਾ ਵੀ ਮੇਲਾ ਵੇਖਣ ਚੱਲੀਏ ਉਹ ਵੇਖਣ ਚੱਲੀਏ ਕਿ ਸਰਕਸ ਵੇਖੀ ਉਹ ਤੇ ਇੱਕ ਨਾ ਉਹ ਬਾਜ਼ੀਗਰ ਜਿਹਾ ਚੜ੍ਹਿਆ ਉਹਨੇ ਇੱਕ ਬੋਤਲ ਫੜੀ ਹੋਈ ਮੂੰਹ 'ਚ ਬੋਤਲ ਪਾਏ ਅੱਗੇ ਅੱਗ ਦੀ ਮਿਸਾਲ ਉੱਤੇ ਫੂਕ ਮਾਰੇ ਉਹ ਐਡਾ ਅੱਗ ਦਾ ਭੜਾਂਬਰ ਕਰੇ ਸਰਕਸ ਜਿਹੜੀ ਲੱਗ ਹਾਂ ਮੈਂ ਕਿਹਾ ਵੀ ਘਰ ਜਾ ਕੇ ਆ ਤਾਂ ਕਰਨਾ ਹੀ ਕਰਨਾ ਉਹ ਮੇਰੇ ਵਾਲਦ ਦੀ ਮੋਟਰਸਾਈਕਲ ਖਲੋਤੀ ਸੀ ਉਹ 'ਚੋਂ ਮੈਂ ਪੈਟਰੋਲ ਕੱਢਿਆ ਮੂੰਹ 'ਚ ਪਾਇਆ ਇੱਕੋ ਹੀ ਫੂਕ ਮਾਰੀ ਅੱਲਾ ਫਿਰ ਮੂੰਹ ਹੋਣੀ ਕਿਤੇ ਦੇ ਕਿਤੇ ਚਲੇ ਗਏ ਸ਼ੁਕਰ ਖੁਦਾ ਦਾ ਕਿ ਨਾਲ ਹੀ ਗੁਸਲਖਾਨਾ ਸੀ ਉਹ 'ਚ ਮੈਂ ਨਾ ਆਪਣਾ ਮੂੰਹ ਡੁਬੋਈ ਰੱਖਿਆ ਉਹ ਅੱਗ ਤਾਂ ਬੁਝ ਗਈ ਇੱਥੇ ਕਾਫੀ ਹੋਇਆ ਅਤੇ ਮੈਂ ਮੂੰਹ ਲੁਕੋਇਆ ਹੋਇਆ ਮੇਰੀ ਮਾਂ ਨੇ ਮੈਨੂੰ ਆਵਾਜ਼ ਦਿੱਤੀ ਕੁੱਤੇ ਆ ਮੈਂ ਉਹਨਾਂ ਦੇ ਕੋਲ ਗਿਆ ਮੈਨੂੰ ਕਹਿੰਦੀ ਮੂੰਹ 'ਤੇ ਕੀ ਇੱਦਾਂ ਕਿਉਂ ਕਾਹਦੇ ਕੀਤਾ ਉਹ ਮੈਂ ਕਿਹਾ ਕੁਛ ਨਹੀਂ ਕੁਛ ਨਹੀਂ ਮੂੰਹ ਹਟਾਇਆ ਤੋ ਲਾਲ ਫਰੋਖ ਅਤੇ ਇੱਥੇ ਸਾਰੇ ਜ਼ਖਮ ਹੋਏ ਸੀ ਅਹੇ ਤੂੰ ਕੀ ਕੀਤਾ ਮੈਂ ਕਿਹਾ ਜੀ ਮੈਂ ਬਾਜ਼ੀਗਰੀ ਕੀਤੀ ਹੈ ਪੈਟਰੋਲ ਪਾ ਲਿਆ ਆ ਪੈਟਰੋਲ ਖਾਲਸ ਸੀ ਉਹ ਮਿੱਟੀ ਦਾ ਤੇਲ ਪਾਉਂਦੇ ਸੀ ਮੈਂ ਕਿਹਾ ਪੈਟਰੋਲ ਹੀ ਪਾਓ ਉਹ ਨਾ ਮੇਰਾ ਮੂੰਹ ਸਾਰਾ ਸੜ ਗਿਆ ਸੀ ਮਤਲਬ ਇੰਨੇ ਖਤਰਨਾਕ ਐਕਸਪੀਰੀਅੰਸ ਤੁਸੀਂ ਕਰਦੇ ਹੋ ਆਪਣੀ ਲਾਈਫ 'ਚ ਬਸ ਇਹ ਕਰਨੇ ਪੈਂਦੇ ਨੇ ਇਹਨੂੰ ਲਾਈਫ ਹੀ ਐਸੀ ਹੀ ਹੁੰਦੀ ਹੈ ਲਾਈਫ ਦੇ ਨਾ ਐਕਸਪੀਰੀਅੰਸ ਦਾ ਤੁਸੀਂ ਗਲਤੀ ਕਰ ਕਰਕੇ ਸਿੱਖਦੇ ਹੋ ਹਾਂਜੀ ਮੈਨੂੰ ਇਹ ਦੱਸੋ ਕਿ ਕੋਈ ਲੜਕੀ ਨੇ ਲਿਫਟ ਮੰਗੀ ਹੋਏ ਤੁਹਾਡੀ ਇਹ ਗੱਡੀ ਵੇਖ ਕੇ ਜਾਂ ਅਟਰੈਕਟ ਕੀਤੇ ਹੋਏ ਤੁਹਾਨੂੰ ਹੁੰਦਾ ਹੀ ਹੈ ਨਾ ਕਿ ਲੜਕੀਆਂ ਨਹੀਂ ਨਹੀਂ ਅਮੀਰ ਬੰਦਾ ਵੇਖ ਕੇ ਨਹੀਂ ਨਹੀਂ ਬੜਿਆਂ ਨੇ ਲਿਫਟ ਮੰਗੀ ਹੈ ਮਗਰ ਮੈਂ ਦਰਵਾਜ਼ਾ ਖੋਲ ਦਿੰਦਾ ਮੈਂ ਕਿਹਾ ਬੀਬੀ ਭੈਣੇ ਬਹਿਣਾ ਕਿੱਥੇ ਹੀ
एक सीट हैगी इन्नी क जगह ही नहीं हैगी कि कोई तुसी चिड़ी का बच्चा भी रख दे। मैं जगह रखी ही नहीं कि ताकि कोई बैठे ही ना मेरे नाल। बस तुहाडी गड्डी ते हाँ वो मैं वो गाना फिट आंदा ना मैं निकला गड्डी लेके अल्लाह अल्लाह खैर सला अज ताई नहीं ऐसा इतफाक होया। हुक्का भी बेच रखा होंदा? देखो जी पेंडू आंदा हुक्का रुका और मुक्का ये तीन चीज़ा ठीक होनिया चाहिए तो मतलब पिंड दे विच गुजारा हो सकता। हुक्का रुका मुक्का इहदी डेफिनेशन ये है कि कोई बंदा टुर के थोड़े को आता है तुसी पहला उन्हें कोई कहोगे आ भाई चाह पानी पी तो हुक्का पी मुड़ के पुछोगे हाँ भाई किधर आए हैं भाई जी वो फलां पिंड काम आ तुसी रुका लिख के दे दो जा मेरा रुका ले जा रेफरेंस ले जा रुका लिखिया हुआ ले जा। अच्छा, वो रुका लैके चले जाएगा अगर उन्हें काम नहीं किया बंदे फिर मुक्का जाएगा। बिल्कुल वो बड़े फोन मैनू करते यार अज कितने डेरे ते रही असी आना मैं कभी आ जाओ वो जो डेरे ते आके देखते ने कि मंजे पे ने कि घोड़ियाँ बनिया कि मझा बनिया हुई है कि गड्डिया दियाँ लाइना लगिया हुई वो देख के बड़ा खुश होंगे ने कि यार लॉर्ड के बच्चे पिंड के बच्चे ने चंगा खेखन खिला रहा हो खुशी होंगी है कि यार लाहौर इदा के भी बंदे है जो असि आने बड़ी खत पा दे बड़ी दुध पत्ती पिंड का हूँ दुध हों पियाई मैं बचपन तो लैके अज ताई सुबह सिर्फ दुध और रस दोपहर में अगर रोटी मिल गई खा लो नहीं मिल गई तो मैं नहीं खाता रात को मंजे के उत्ते बह के मैं एक रोटी खानी होंगी है अगर सालन अच्छा बने तो ठीक है नहीं तो दुध के नाल कुट्टा बट्टी मतलब देसी खाने ले लो देसी देसी फास्ट फूड तो दूर ही ना 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 फास्ट फूड ना ताड़ी बंद ना 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 एडे एडे मोटे बंद होने उन्ना मुँह ही नहीं खुलता जिन्हें बंद होंगे ने मोटे जो लोग खा लेंगे उन्होंने की कहोगे ओ ना ही खान ते चंगा ते तानू मैं फिल्मा ड्रामे वेखन दा शौक मैं आज ताई फिल्म नहीं देखी जी। ना आज ताई मैं सिनेमे गया आया ना आज ताई मैं फिल्म देखी है। अच्छा। सिर्फ पिंड दे मेले मूले पहले जड़े हुंदे सी कुत्तियां दी दौड़ है जी मेरे मैं भी कुत्ते रखे हुंदे सी वो भी दौड़दे सी उन्हां नू भी नीरो बयान दे टीके लाए हुंदे सी दौड़ा वास्ते आप भी दौड़ना अपने आप नू भी टीका ला लैणा तदे कुत्ते नू मैं फड़ू जे मेरे भी टीका लगे आहू नहीं तो मैं उत्थे डिग पैना कुत्ते ने अगे निकल जाना। लोग जो तुम मिलते सैल्फिया लेंगे गड्डी सैल्फिया लेंगे तो जो तुम वेखते ड्रेसिंग वेख के बिल्कुल ऑपोजिट तो हैरान नहीं होंगे हैरान छड़ के परेशान हो जाते हैं। अच्छा किसी की शादी ब्याह हो या कुछ हो अंकल जी मैं क्या ये एक शादी है उधर आपने जरूर आना वो मैं क्या भाई आ तो जाऊँ मैं उत्थे कहूँगा कि मनु बुलाया कि नहीं तू तो मसरूफ होना तो मैं मूँह चक्की फिरूँ कि मनु मैं तेन कितने लभूँ बस ठीक है बड़ी दफ़ा ऐसे चांस हो जी आपने जरूर आना बीवी माशाल्लाह मेरी बहुत अच्छी है वो बड़ी नाइस है उन्हें घर का सारा इंतजाम संभाले होया है मझा गावं घोड़िया मुलाजमीन सारे भी बड़ा मतलब मैं इस करके तो मैं शहर नसे आना हूं कि सारा काम उन्हें बड़ा अप टू डेट करना होता हाँ टेंशन हो दी है मेरी कोई टेंशन नहीं मैं जाना हुक्का धरिया होना है दो सूटे मारने जो बहुत तंबाकू तेज है तो उसी वेले नींद आने आ जानी है मेरी ये जी बीवी है वो ही लुक आफ्टर सारी चीज़ा कर दी है पैसे लेने देने तनखावान देनी ये सारे वो वजीरे खजाना भी हो वजीरे खुराक भी हो वजीरे सेहत भी हो मलंग जे आ गया भुखा शोदा ही सी कोई मैं पैसे कढ़ान लगा वो भी अंदर आ गया मैं यार बाहर खरो मैं कोड लाना कहता आप लगाए मेरा मुंह इस तरफ है उन्हें मैं अपना काम कर लग पाया मुड़ के मैं क्या यार ये मैं शाबाशी देन लगा है
मेरे मुंडे ते हाथ रख लिया, पेश करना है। हाँ मेरे मुंडे ते हाथ रख लिया, वो देखिया उन्हें काले मुंह वाले लाई इतने पिस्तौल, वो इदा देखिया वो काला जहा नजर आया, मैं कहा भरावा अभी 20,000 कढ़ाया तू ला जा, वो पैसे थोड़े ही सन उहदे विच, मैं कहा मेरा कोड नंबर इहनू कढ के देख ला, जे होर निकल देते वह भी लै जा, मैनू कुछ ना कहीं, लाया तो वो निकल जाते हैं, हाँ बच्चे खुश होते ने, मतलब वो सारे खुश हो जाते हैं बस। अच्छा तो हाथ भी बहुत सोने लग रहे हैं क्योंकि उत्ते इन्निया महंगिया तो कीमती जवाहरात अंगूठियां, हाँ मैं एक एक करके उन सब का दसो के स्टोन है। ओपल है, जूम इन करना जरा शर्मा, ओपल ओपल हाँ शाइन हाँ ये की कीमत है? ये बहुत महंगा नहीं दस तो ओपल बहुत महंगा, देखो होना चाहिए ना महंगा गेस्ट बैठा है ए दे बेच, देखा स्पॉट थानू रंगीन नजर आ रहे होना ही है, येलो और ऑरेंज, हाँ जी ए सुनहला ए ना ए मुए नजफ भी इन्हें तुसी कह ले सुनहरे ए दे बेच बाल है गए ने ए अंदर बाल ने, हाँ ए दे बेच बाल ने, हाँ हाँ पत्थर भी गिफ्ट कर देना, बड़े खुश होंगे ने क्योंकि पत्थर कोई भी नहीं लैके आता, वो तो केक लैके आते होंगे ने, चॉकलेट वो केक कौड़ा जिहा मूँह पता नहीं काफ़ी का बनया हों काला छिया, असी तो पाई आ मुंदरी एक लै ला, वो ये बड़े खुश हो जाए उस वेले पा लेंगे जी। तो आज हमारे साथ थे राणा मोहम्मद यार खान, यकीनन आपको आज का प्रोग्राम बहुत मज़े का लगा होगा क्योंकि आज मैं आपको एक और मज़े की चीज़ बताने वाली हूँ कि हमने ये प्रॉपर एक सीरीज़ का स्टार्ट किया है, इसमें हम काफ़ी सारे एपिसोड्स आपके लिए लेके आएंगे जिसमें आपको हीरे जवाहरात की पहचान करवाएंगे, उनके बारे में बताएंगे, उनका इल्म आप तक भी कन्वे करने की कोशिश करेंगे। अगला जो हमारा प्रोग्राम होगा वो आपको बताती चलूँ कि दुनिया की सबसे महंगी और सबसे वसनी अंगूठी कौन सी है, कैसी दिखती है, क्या किस कलर में है, वो आपको बताएंगे। अगले एपिसोड का इंतजार करें, देखते रहें ऐसे टाइम्स। अल्लाह हाफिज़।